ਤੇ ਕੀ ਗੱਲ ਹੋਈ ਅੱਜ? ਮੈਂ ਰੋਜ਼ਾਨਾ ਦੀ ਰੂਟੀਨ 'ਚ ਜਿੱਦਾਂ ਮੇਰੀ ਵਾਈਫ ਸਵੇਰੇ ਸਕੂਲ ਜਾਂਦੀ ਹੈ, ਦੁਆਬਾ ਟੀਚਰ ਲੱਗੀ ਦੀ ਆ, ਉਸ 7:30 ਵਜੇ ਘਰੋਂ ਚੱਲ ਗਈ ਆ, ਤਾਂ ਮੈਂ ਡੇਲੀ ਰੂਟੀਨ ਜਿੱਦਾਂ ਦੁਕਾਨ 'ਤੇ ਜਾਂਦਾ ਵਾਂ, ਮੈਂ ਕੋਈ ਅੱਜ 9:45 'ਤੇ ਘਰੋਂ ਨਿਕਲਿਆ ਵਾਂ, ਅਤੇ ਮੈਂ ਦੁਕਾਨ 'ਤੇ ਜਿੰਦਰਾ ਮਾਰ ਕੇ ਘਰ ਚੱਲ ਗਿਆ ਵਾਂ, ਅਤੇ ਜਦੋਂ ਮੇਰੀ ਘਰ ਦੀ ਸਕੂਲੋਂ ਆਈ ਆ ਤਾਂ ਉਹਨੇ ਮੈਨੂੰ ਟੈਲੀਫੋਨ ਕੀਤਾ, ਕੀ ਗੱਲ ਤੁਸੀਂ ਅੱਜ ਜਿੰਦਰਾ ਨਹੀਂ ਮਾਰਿਆ? ਮੈਂ ਨਹੀਂ, ਮੈਂ ਜਿੰਦਰਾ ਮਾਰਿਆ ਤਾ, ਕਹਿੰਦੀ ਦਰਵਾਜ਼ੇ ਨੂੰ ਜਿੰਦਰਾ ਨਹੀਂ ਆ। ਉਹ ਡਰ ਗਈ, ਉਹਨੇ ਬਾਹਰੋਂ ਕਿਸੇ ਬੰਦੇ ਨੂੰ ਲੜਕੋਂ ਮੁਹੱਲੇ 'ਚੋਂ ਕਿਸੇ ਬੰਦੇ ਨੂੰ ਆਵਾਜ਼ ਮਾਰੀ, ਘਰ ਆਏ ਤਾਂ ਸਾਰੇ ਘਰ ਦੇ ਦਰਵਾਜ਼ੇ ਟੁੱਟੇ ਅਤੇ ਸਾਰਾ ਸਮਾਨ ਚਲੇ ਗਿਆ, ਅਤੇ ਚੋਰ ਆਪਣਾ ਕੰਮ ਹਰ ਕਰ ਗਏ ਜੀ। ਅਤੇ ਹੁਣ ਤੱਕ ਜਿਹੜੀ ਤੁਸੀਂ ਵੇਖਿਆ ਵਾ ਕੀ ਕੀ ਲੈ ਕੇ ਗਏ? ਅਪਰੋਕਸੀਮੇਟਲੀ ਜਿਹੜਾ ਵਾ 30 ਦੇ ਤੋਲੇ ਦੇ ਲਗਭਗ ਸੋਨਾ ਜਿਹੜਾ ਵਾ ਉਹ ਚੋਰੀ ਹੋਇਆ ਤਾ ਜੀ, ਅਤੇ ਮੇਰੀ ਦੁਕਾਨ ਦਾ ਕੈਸ਼ ਸੀ ਕੋਈ 25,000 ਰੁਪਇਆ ਜਿਹੜਾ ਉਹ ਨਾਲ ਲੈ ਗਏ। ਕਿੰਨੇ ਸਾਰੇ ਘਰ ਮਤਲਬ ਚੰਗੀ ਤਰ੍ਹਾਂ ਬੋਲ ਕੇ ਗਏ ਆ? ਸਾਰੀਆਂ ਗਾਰਡਨ ਦੀਆਂ ਅਲਮਾਰੀਆਂ ਭੰਨੀ ਦੀਆਂ, ਟੋਟਲੀ ਸਾਰੀਆਂ ਲੱਕੜ ਦੀਆਂ ਅਲਮਾਰੀਆਂ ਭੰਨੀ ਦੀਆਂ, ਦਰਵਾਜ਼ੇ ਦੀਆਂ ਚਕਾਟਾਂ ਪੁੱਟਤੀ ਦੀਆਂ, ਦਰਵਾਜ਼ੇ ਤੋੜਦੇ ਦੇ ਘਰ ਦੇ। ਇਹਦੇ ਤੋਂ ਇਲਾਵਾ ਹੋਰ ਕੋਈ ਨੁਕਸਾਨ? ਬਾਕੀ ਹਾਲੀ ਅਸੀਂ ਚੰਗੀ ਤਰ੍ਹਾਂ ਦੇਖਿਆ, ਬਾਕੀ ਹਾਲੀ ਸਾਡੀ ਦੇਖਾਂਗੇ ਲੀਲੀ ਦਾ ਫਿਰ ਪਤਾ ਲੱਗੇ ਆ। ਕੋਈ ਕੈਮਰਾ ਲੱਗਾ ਸੀ? ਲੱਗੇ ਦਾ ਘਰ ਲੱਗੇ, ਉਹ ਚੈੱਕ ਕੀਤੇ ਜਾ ਰਹੇ ਕੈਮਰੇ? ਕੈਮਰੇ ਚੈੱਕ ਕਰਦੇ ਪਏ, ਉਹ 'ਚ ਕੋਈ ਸ਼ਖਸ ਆ ਰਿਹਾ, ਕਿਸੇ ਟੋਪੀ ਪਾਈ ਦੀ ਆ, ਕਿਸੇ ਸ਼ਖਸ ਨੇ, ਉਹ ਲੱਭੇ ਕਰ ਲਓ। ਪੁਲਿਸ ਨੂੰ ਕੀਤਾ ਇਨਫੋਰਮ? ਪੁਲਿਸ ਨੂੰ ਹਾਲੀ ਟੈਲੀਫੋਨ ਕੀਤਾ, ਉਹ ਕਹਿੰਦੇ ਕੋਈ ਮੀਟਿੰਗ 'ਚ ਗਏ ਤੇ SHO ਸਾਹਿਬ ਤੋਂ ਆਉਂਦੇ ਆ ਰਹੇ। ਧਾਰੀਵਾਲ 'ਚ ਦਿਨ ਪਹਿਲਾਂ ਹੀ ਚੋਰੀ ਹੋਈ ਆ, ਕਾਫੀ ਨੁਕਸਾਨ ਹੋ ਗਿਆ ਵਾ, ਪਹੁੰਚੇ ਤੁਸੀਂ? ਹਾਂਜੀ, ਅਸੀਂ ਮੌਕੇ 'ਤੇ ਆਏ ਜੀ, ਸਾਨੂੰ ਫੋਨ ਆਇਆ ਕੰਟਰੋਲ ਰੂਮ ਤੋਂ, ਅਤੇ ਅਸ਼ਮੀ ਕੁਮਾਰ ਦੇ ਘਰ ਆਏ, ਅਤੇ ਘਰ ਕੋਈ ਵੀ ਨਹੀਂ, ਦੁਕਾਨ 'ਤੇ ਕੰਮ ਕਰਦੇ ਆ, ਇਹਦੀ ਮਿਸਿਜ ਜਿਹੜੀ ਆ ਸਕੂਲ ਦੇ ਟੀਚਰ ਦੇ, ਉਹ ਜਦੋਂ ਸਕੂਲ ਤੋਂ ਵਾਪਸ ਆਏ ਨੇ 2:30 ਵਜੇ ਦੇ ਕਰੀਬ, ਉਹਨਾਂ ਘਰ ਆ ਕੇ ਦੇਖਿਆ ਤਾਲੇ ਟੁੱਟੇ ਆ, ਅਤੇ ਮੌਕੇ 'ਤੇ ਹੀ ਆਏ ਆ, ਆ ਕੇ ਚੈੱਕ ਕੀਤਾ, ਉਹਨਾਂ ਨੂੰ ਪ੍ਰੋਸੈਸ ਕਰ ਰਹੇ ਹਾਂ, ਬਾਕੀ ਜੋ ਵੀ ਸਮਾਨ ਜਿਹੜਾ ਚੋਰੀ ਹੋਇਆ ਜੀ ਉਹਦੇ ਮੁਤਾਬਕ ਜੀ ਕਾਰਵਾਈ ਕੀਤੀ ਹੈ ਕਿ ਜਿੱਦਾਂ ਦਿਖਾਉਣਗੇ। ਇਹ ਸ਼ਹਿਰ ਦੀ ਬੜੀ ਘਣੀ ਆਬਾਦੀ ਆ ਜੀ, ਜਿੱਥੇ ਦਿਨ ਦੁਪਹਿਰੇ ਚੋਰੀ ਹੋ ਗਈ ਆ, ਕੀ ਕੋਈ ਸੇਫ ਹੈਗਾ ਇੱਥੇ ਧਾਰੀਵਾਲ ਜੀ? ਇਹ ਚਲੋ ਪੁਰਾਣੀ ਉਹਨਾਂ ਨੂੰ ਕਿਹਾ ਵੀ ਹਰੇਕ ਨੂੰ ਇਹੋ ਹੀ ਰਿਕੁਐਸਟ ਕਰੋ ਕਿ ਆਪਣੇ ਘਰ ਕੈਮਰੇ ਲਓ, ਅਤੇ ਕੈਮਰੇ ਦਾ ਮੋਬਾਈਲ ਦੇ ਨਾਲ ਲਿੰਕ ਕਰੋ, ਤਾਂ ਕਿ ਪਤਾ ਲੱਗ ਜਾਵੇ ਘਰ ਆ ਗਿਆ। ਬਾਕੀ ਮੌਸਮ ਖਰਾਬ ਸੀ, ਬਰਸਾਤ ਦਾ ਮੌਸਮ ਹੀ, ਕਿਸੇ ਨੇ ਧਿਆਨ ਦਿੱਤਾ, ਤਾਲਾ ਬਾਹਰ ਲੱਗਾ ਸੀ, ਤਾਲਾ ਬਾਹਰ ਲੱਗੇ ਕਰਕੇ ਉਹਦਾ ਤਾਲਾ ਖੋਲ੍ਹ ਕੇ ਲਾਈਟਾਂ ਨਹੀਂ ਮਾਰਦਾ ਗਿਆ। ਕਿੰਨਾ ਕਿੰਨਾ ਸਾਲ ਦਾ ਹੋ ਜਾ? 25,000 ਰੁਪਇਆ ਅਤੇ 25-30 ਤੋਲੇ ਸੋਨੇ ਦੇ। ਅਤੇ ਕੀ ਗੱਲ ਹੋਈ ਅੱਜ? ਮੈਂ ਰੋਜ਼ਾਨਾ ਦੀ ਰੂਟੀਨ 'ਚ ਜਿੱਦਾਂ ਮੇਰੀ ਵਾਈਫ ਸਵੇਰੇ ਸਕੂਲ ਜਾਂਦੀ ਹੈ, ਦੁਆਬਾ ਟੀਚਰ ਲੱਗੀ ਦੀ ਆ, ਉਸ 7:30 ਵਜੇ ਘਰੋਂ ਚੱਲ ਗਈ ਆ, ਤਾਂ ਮੈਂ ਡੇਲੀ ਰੂਟੀਨ ਜਿੱਦਾਂ ਦੁਕਾਨ 'ਤੇ ਜਾਂਦਾ ਵਾਂ, ਮੈਂ ਕੋਈ ਅੱਜ 9:45 'ਤੇ ਘਰੋਂ ਨਿਕਲਿਆ ਵਾਂ, ਅਤੇ ਮੈਂ ਦੁਕਾਨ 'ਤੇ ਜਿੰਦਰਾ ਮਾਰ ਕੇ ਘਰ ਚੱਲ ਗਿਆ ਵਾਂ, ਅਤੇ ਜਦੋਂ ਮੇਰੀ ਘਰ ਦੀ ਸਕੂਲੋਂ ਆਈ ਆ ਤਾਂ ਉਹਨੇ ਮੈਨੂੰ ਟੈਲੀਫੋਨ ਕੀਤਾ, ਕੀ ਗੱਲ ਤੁਸੀਂ ਅੱਜ ਜਿੰਦਰਾ ਨਹੀਂ ਮਾਰਿਆ? ਮੈਂ ਨਹੀਂ, ਮੈਂ ਜਿੰਦਰਾ ਮਾਰਿਆ ਤਾ, ਕਹਿੰਦੀ ਦਰਵਾਜ਼ੇ ਨੂੰ ਜਿੰਦਰਾ ਨਹੀਂ ਆ। ਉਹ ਡਰ ਗਈ, ਉਹਨੇ ਬਾਹਰੋਂ ਕਿਸੇ ਬੰਦੇ ਨੂੰ ਲੜਕੋਂ ਮੁਹੱਲੇ 'ਚੋਂ ਕਿਸੇ ਬੰਦੇ ਨੂੰ ਆਵਾਜ਼ ਮਾਰੀ, ਘਰ ਆਏ ਤਾਂ ਸਾਰੇ ਘਰ ਦੇ ਦਰਵਾਜ਼ੇ ਟੁੱਟੇ ਅਤੇ ਸਾਰਾ ਸਮਾਨ ਚਲੇ ਗਿਆ, ਅਤੇ ਚੋਰ ਆਪਣਾ ਕੰਮ ਹਰ ਕਰ ਗਏ ਜੀ। ਅਤੇ ਹੁਣ ਤੱਕ ਜਿਹੜੀ ਤੁਸੀਂ ਵੇਖਿਆ ਵਾ ਕੀ ਕੀ ਲੈ ਕੇ ਗਏ? ਅਪਰੋਕਸੀਮੇਟਲੀ ਜਿਹੜਾ ਵਾ 30 ਦੇ ਤੋਲੇ ਦੇ ਲਗਭਗ ਸੋਨਾ ਜਿਹੜਾ ਵਾ ਉਹ ਚੋਰੀ ਹੋਇਆ ਤਾ ਜੀ, ਅਤੇ ਮੇਰੀ ਦੁਕਾਨ ਦਾ ਕੈਸ਼ ਸੀ ਕੋਈ 25,000 ਰੁਪਇਆ ਜਿਹੜਾ ਉਹ ਨਾਲ ਲੈ ਗਏ। ਕਿੰਨੇ ਸਾਰੇ ਘਰ ਮਤਲਬ ਚੰਗੀ ਤਰ੍ਹਾਂ ਬੋਲ ਕੇ ਗਏ ਆ? ਸਾਰੀਆਂ ਗਾਰਡਨ ਦੀਆਂ ਅਲਮਾਰੀਆਂ ਭੰਨੀ ਦੀਆਂ, ਟੋਟਲੀ ਸਾਰੀਆਂ ਲੱਕੜ ਦੀਆਂ ਅਲਮਾਰੀਆਂ ਭੰਨੀ ਦੀਆਂ, ਦਰਵਾਜ਼ੇ ਦੀਆਂ ਚਕਾਟਾਂ ਪੁੱਟਤੀ ਦੀਆਂ, ਦਰਵਾਜ਼ੇ ਤੋੜਦੇ ਦੇ ਘਰ ਦੇ। ਇਹਦੇ ਤੋਂ ਇਲਾਵਾ ਹੋਰ ਕੋਈ ਨੁਕਸਾਨ? ਬਾਕੀ ਹਾਲੀ ਅਸੀਂ ਚੰਗੀ ਤਰ੍ਹਾਂ ਦੇਖਿਆ, ਬਾਕੀ ਹਾਲੀ ਸਾਡੀ ਦੇਖਾਂਗੇ ਲੀਲੀ ਦਾ ਫਿਰ ਪਤਾ ਲੱਗੇ ਆ। ਕੋਈ ਕੈਮਰਾ ਲੱਗਾ ਸੀ? ਲੱਗੇ ਦਾ ਘਰ ਲੱਗੇ, ਉਹ ਚੈੱਕ ਕੀਤੇ ਜਾ ਰਹੇ ਕੈਮਰੇ? ਕੈਮਰੇ ਚੈੱਕ ਕਰਦੇ ਪਏ, ਉਹ 'ਚ ਕੋਈ ਸ਼ਖਸ ਆ ਰਿਹਾ, ਕਿਸੇ ਟੋਪੀ ਪਾਈ ਦੀ ਆ, ਕਿਸੇ ਸ਼ਖਸ ਨੇ, ਉਹ ਲੱਭੇ ਕਰ ਲਓ। ਪੁਲਿਸ ਨੂੰ ਕੀਤਾ ਇਨਫੋਰਮ? ਪੁਲਿਸ ਨੂੰ ਹਾਲੀ ਟੈਲੀਫੋਨ ਕੀਤਾ, ਉਹ ਕਹਿੰਦੇ ਕੋਈ ਮੀਟਿੰਗ 'ਚ ਗਏ ਤੇ SHO ਸਾਹਿਬ ਤੋਂ ਆਉਂਦੇ ਆ ਰਹੇ। ਧਾਰੀਵਾਲ 'ਚ ਦਿਨ ਪਹਿਲਾਂ ਹੀ ਚੋਰੀ ਹੋਈ ਆ, ਕਾਫੀ ਨੁਕਸਾਨ ਹੋ ਗਿਆ ਵਾ, ਪਹੁੰਚੇ ਤੁਸੀਂ? ਹਾਂਜੀ, ਅਸੀਂ ਮੌਕੇ 'ਤੇ ਆਏ ਜੀ, ਸਾਨੂੰ ਫੋਨ ਆਇਆ
ਰੂਮ ਤੋਂ ਅਤੇ ਅਸ਼ਮੀ ਕੁਮਾਰ ਦੇ ਘਰ ਆਏ ਅਤੇ ਘਰ ਕੋਈ ਨਹੀਂ, ਦੁਕਾਨ 'ਤੇ ਕੰਮ ਕਰਦੇ ਆ। ਇਹਦੀ ਮਿਸਿਜ ਜਿਹੜੀ ਆ ਸਕੂਲ ਦੇ ਟੀਚਰ ਨੇ, ਉਹ ਜਦੋਂ ਸਕੂਲ ਤੋਂ ਵਾਪਸ ਆਏ ਨੇ 2:30 ਦੇ ਕਰੀਬ, ਉਹਨਾਂ ਘਰ ਆ ਕੇ ਦੇਖਿਆ ਤਾਲੇ ਟੁੱਟੇ ਆ ਅਤੇ ਮੌਕੇ 'ਤੇ ਹੀ ਆਏ ਆ, ਆ ਕੇ ਚੈੱਕ ਕੀਤਾ, ਉਹਨਾਂ ਪ੍ਰੋਸੈਸ ਕਰ ਰਹੇ ਹਾਂ। ਬਾਕੀ ਜੋ ਵੀ ਸਮਾਨ ਜਿਹੜਾ ਚੋਰੀ ਹੋਇਆ ਜੀ, ਉਹਦੇ ਮੁਤਾਬਕ ਜੀ ਕਾਰਵਾਈ ਕੀਤੀ ਹੈ ਜਿੱਦਾਂ ਦਿਖਾਉਣਗੇ। ਇਹ ਸ਼ਹਿਰ ਦੀ ਬੜੀ ਘਣੀ ਆਬਾਦੀ ਆ ਜੀ, ਜਿੱਥੇ ਦਿਨ ਦੁਪਹਿਰੇ ਚੋਰੀ ਹੋ ਗਈ ਆ, ਕੀ ਕੋਈ ਸੇਫ ਹੈਗਾ ਇੱਥੇ ਧਾਰੀਆ ਜੀ? ਇਹ ਚਲੋ ਮੈਨੂੰ ਕਿਹਾ ਵੀ ਹਰੇਕ ਨੂੰ ਇਹੋ ਹੀ ਰਿਕੁਐਸਟ ਕਰ ਲੋਕਾਂ ਨੂੰ ਕਿ ਆਪਣੇ ਘਰਾਂ ਕੈਮਰੇ ਲਓ ਅਤੇ ਕੈਮਰੇ ਦਾ ਜਿਹੜਾ ਮੋਬਾਈਲ ਦੇ ਨਾਲ ਲਿੰਕ ਕਰੋ, ਤਾਂ ਕਿ ਉਹਦਾ ਪਤਾ ਲੱਗ ਜਾਵੇ ਘਰ ਆ ਜਾ ਰਿਹਾ। ਬਾਕੀ ਮੌਸਮ ਖਰਾਬ ਸੀ, ਬਰਸਾਤ ਦਾ ਮੌਸਮ ਵੀ, ਕਿਸੇ ਨੇ ਧਿਆਨ ਦਿੱਤਾ, ਤਾਲਾ ਬਾਹਰ ਲੱਗਾ ਸੀ, ਤਾਲਾ ਬਾਹਰ ਲੱਗਿਆ ਕਰਕੇ ਉਹਦਾ ਤਾਲਾ ਖੋਲ੍ਹ ਕੇ ਲਾਈ ਤਾਲਾ ਮਾਰ ਲੱਗੇ। ਕਿੰਨਾ ਕਿੰਨਾ ਨੁਕਸਾਨ ਦੱਸ ਦਿਓ ਜੀ? ਇਹ ਦੱਸ ਦਿਓ 25,000 ਰੁਪਈਆ ਅਤੇ 25-30 ਤੋਲੇ ਸੋਨੇ ਦੀ।